वेलकम बैक गाइस तुहाड़े अपने यूट्यूब चैनल ते मैं हां सुलेमान इमैनुअल। ते गाइस उम्मीद करना सारे वधिया होणगे, कैम होणगे ते रिएक्शन एंजॉय करदे होवोगे। जे रिएक्शन एंजॉय करदे पे हो ते कमेंट करके लाजमी दस्या करो। ते अज हाजर हां एक और वीडियो लैके। अज जिहड़ी वीडियो तुसीं वेखण लगे आ, रिव्यू करन लगे आ, ओह वे संत बाबा जरनैल सिंह जी खालसा ਭਿੰਡਰਾਂ ਵਾਲੇ ਦੀ ਵੀਡੀਓ ਹੋਵੇ, ਉਹਨਾਂ ਦੀ ਲਾਈਫ ਸਟੋਰੀ ਦੀ ਜਿਹੜੀ ਵੀਡੀਓ ਹੋਵੇ ਉਹ ਹੋਵੇ। ਇਹਦਾ ਪਾਰਟ 1 ਅਸੀਂ ਕਰ ਲਿਆ, ਡਿਸਕ੍ਰਿਪਸ਼ਨ ਵਿੱਚ ਪਾਰਟ 1 ਦਾ ਲਿੰਕ ਮੌਜੂਦ ਹੈ। ਜਿਨ੍ਹਾਂ ਨੇ ਹਾਲੇ ਤੱਕ ਉਹ ਨਹੀਂ ਵੇਖਿਆ ਤੋਂ ਵੀ ਜਾ ਕੇ ਵੇਖ ਲੈਣ। ਤਾਂ ਅੱਜ ਪਾਰਟ 2 ਤੁਸੀਂ ਰਿਵਿਊ ਕਰਨੇ ਆ, ਵੇਖਣਾ ਕਿ ਗੱਲਬਾਤ ਹੋਈ ਹੈ, ਕੀ ਦੱਸਿਆ ਗਿਆ। ਤਾਂ ਵੀਡੀਓ ਸਟਾਰਟ ਕਰਨੇ ਆ। ਵੀਡੀਓ ਸਟਾਰਟ ਕਰਨ ਤੋਂ ਪਹਿਲੇ ਤੁਹਾਡੇ ਸਾਰਿਆਂ ਨਾਲ ਰਿਕੁਐਸਟ, ਤੁਸੀਂ ਇੱਥੇ ਆਈ ਗਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ। ਇਹਦੇ ਨਾਲ ਸਾਡੀ ਲੇਟੈਸਟ ਵੀਡੀਓ ਦੀ ਅਪਡੇਟ ਤੁਹਾਨੂੰ ਟਾਈਮ ਦੇ ਨਾਲ ਮਿਲਦੀ ਰਹੇਗੀ। ਤੇ ਵੀਡੀਓ ਸਟਾਰਟ ਕਰਨੇ ਆ, ਬਾਕੀ ਫਿਰ ਗੱਲਾਂ ਬਾਅਦ ਚੋਂ ਕਰਦੇ ਰਹਾਂਗੇ। ਤੇ ਵੀਡੀਓ ਸ਼ੁਰੂ ਕਰਨੇ ਆ। ਫੌਜ ਅੰਦਰ ਗਈ ਸਾਡੇ ਨਾਲ ਉਹ ਘਟਨਾ ਵਾਪਰੀ ਜਿਹੜੀ ਕਦੀ ਅਸੀਂ ਸੋਚੀ ਵੀ ਨਹੀਂ ਸੀ। ਵੱਡੇ ਵੱਡੇ ਅਭਮਨੂ ਚੱਕਰ ਲੈਣ ਵਾਲੇ ਜਰਨਲ ਜਿਹੜੇ ਸੀ ਨਾ, ਉਹਨਾਂ ਨੂੰ ਗੋਡਿਆਂ 'ਚ ਸਿਰ ਦੇਣਾ ਪੈ ਗਿਆ ਸੀ। ਸੱਚ ਹੈ, ਮੇਨ ਗੇਟ ਤੱਕ ਉਹਨਾਂ ਨੂੰ ਆਉਣਾ ਮੁਸ਼ਕਲ ਹੋ ਗਿਆ ਸੀ ਮੁੜ ਕੇ। ਇਹੋ ਜਿਹੀ ਘਟਨਾ ਵਾਪਰੀ ਸੰਤ ਬਾਬਾ ਜਰਨੈਲ ਸਿੰਘ ਦੇ ਜਥੇ ਦੇ ਸਿੰਘ ਜਿਹੜੇ ਸਨ ਅੰਦਰ, ਉਹਨਾਂ ਇਹੋ ਜਿਹੀ ਜ਼ਬਰਦਸਤ ਫੈਰਿੰਗ ਖੋਲੀ ਵੀ ਸਾਡਾ 2076 ਫੌਜੀ ਪਹਿਲੇ ਹਮਲੇ ਦੇ ਵਿੱਚ ਹੀ ਲੰਮਿਆ ਪਾ ਦਿੱਤੇ, ਕਿਉਂਕਿ ਉਹ ਗੋਲੀ ਦਾ ਪਤਾ ਨਹੀਂ ਸੀ ਲੱਗ ਰਿਹਾ ਵੀ ਆ ਕਿੱਧਰੋਂ ਰਹੀ ਆ। ਉਹ ਜਨਰਲ ਛਬੇਗ ਸਿੰਘ, 8 ਜੂਨ ਨੂੰ ਸਾਨੂੰ ਉਹਦਾ ਪਤਾ ਲੱਗਾ ਵੀ ਜਨਰਲ ਛਬੇਗ ਸਿੰਘ ਨੇ ਕੰਧਾਂ ਦੇ ਵਿੱਚ 2-2 ਸਰਾਕ ਵਰਮੇ ਨਾਲ ਕੱਢੇ ਹੋਏ ਸੀ। ਇੱਕ ਤੇ ਮਸ਼ੀਨ ਗੰਨ ਦੀ ਨਾਲੀ ਵਾਸਤੇ ਤੇ ਇੱਕ ਅੱਖ ਨਾਲ ਵੇਖਣ ਵਾਸਤੇ। 3 ਇੰਚ ਜਗ੍ਹਾ ਛੱਡ ਕੇ ਜਿਹੜੀ 3 ਇੰਚ ਤੋਂ ਗੋਲੀ ਆ ਰਹੀ ਆ, ਧਰਤੀ ਗੋਲੀਆਂ ਕੱਢ ਲਈ ਆ। ਜਿਹੜਾ ਬੰਦਾ ਲੰਮਾ ਪੈ ਕੇ ਜਾ ਰਿਹਾ ਨਾ, ਉਹਦੇ ਗੋਲੀ ਸਿਰ 'ਚ ਵੱਜਦੀ ਆ, ਜਿਹੜਾ ਖਲੋਤਾ ਉਹਦੇ ਪੈਰਾਂ 'ਚ ਵੱਜਦੀ ਆ, ਉਹ ਵੀ 4 ਇੰਚ ਉੱਚਾ ਉੱਠ ਕੇ ਤੇ ਉਹ ਵੀ ਥੱਲੇ ਡਿੱਗ ਪੈਂਦਾ। 2076 ਫੌਜੀ ਜਿਹੜੇ 1700 ਉੱਤੇ ਕਬਜ਼ ਕਰ ਰਹੇ ਸੀ ਨਾ, ਉਹਨਾਂ ਦੇ ਵਿੱਚੋਂ ਵੀ 1187 ਬਚੇ। ਇੱਧਰ 2076 ਫੌਜੀ ਪਹਿਲੇ ਹਮਲੇ ਸਾਡੇ ਮਾਰੇ ਗਏ। ਸਾਨੂੰ ਬਹੁਤ ਵੱਡਾ ਅਫਸੋਸ ਹੋਇਆ ਵੀ ਦੁਸ਼ਮਣ ਦਾ ਇੱਕ ਬੰਦਾ ਨਾ ਮਾਰ ਸਕੇ, ਪਰ ਸਾਡੀ ਇੰਨੀ ਟ੍ਰੇਨਿੰਗ ਤੇ ਸਾਡਾ ਇੰਨਾ ਵੱਡਾ ਭਾਰੀ ਨੁਕਸਾਨ ਹੋ ਗਿਆ। ਇੱਕ ਨਾ ਵੱਡੇ ਵੱਡੇ ਜਰਨਲ ਜਿਹੜੇ ਆ ਉਹਨਾਂ ਨੂੰ ਕੰਬਣੀਆਂ ਛਿੜਕੀਆਂ ਸੀ। ਇਸ ਤੋਂ ਬਾਅਦ ਬਹੁਤ ਭਾਰੀ ਵੱਡੀ ਅਸੀਂ ਮੀਟਿੰਗ ਕੀਤੀ ਔਰ ਇਹ ਜਿਹੜੀਆਂ ਲਾਸ਼ਾਂ ਦੇ ਢੇਰ ਲੱਗੇ ਪਏ ਆ, ਸੰਤਾਂ ਨੂੰ ਇਹ ਬੇਨਤੀ ਕੀਤੀ ਵੀ ਇਹ ਲਾਸ਼ਾਂ ਨੂੰ ਸਾਨੂੰ ਚੁੱਕ ਲੈਣ ਦਿੱਤਾ ਜਾਵੇ, ਤਾਂ ਕਿ ਜੇ ਇਹ ਲਾਸ਼ਾਂ ਨਾ ਚੁੱਕੀਆਂ, ਗਰਮੀ ਦਾ ਸਮਾਂ ਹੈ ਤੇ ਕਿਤੇ ਬਦਬੂ ਦੇ ਨਾਲ ਸਾਰਾ ਸ਼ਹਿਰ ਬਿਮਾਰੀ ਦੇ ਨਾਲ ਨਾ ਘੇਰਿਆ ਜਾਵੇ। ਸੰਤਾਂ ਨੇ ਹਰੀ ਝੰਡੀ ਦਿੱਤੀ ਤੇ ਫਿਰ 300 ਭੰਗੀ ਮੰਗਾ ਕੇ ਅਸੀਂ 1.5 ਘੰਟੇ 'ਚ ਇਹ ਲਾਸ਼ਾਂ ਜਿਹੜੀਆਂ ਇੱਕ ਬੰਨੇ ਲਾਈਆਂ ਟਰਾਲੀਆਂ ਭਰ ਭਰ ਕੇ। ਜਿਹੜਾ ਸੰਤਾਂ ਨੇ ਬਚਨ ਕੀਤਾ ਸੀ ਨਾ ਵੀ ਜਿਹੜੇ ਆਏ ਉਹ ਤੁਰ ਕੇ ਨਹੀਂ ਜਾਣਗੇ, ਉਹਨਾਂ ਨੂੰ ਲੱਦ ਕੇ ਖੜਨਾ ਪਊਗਾ, ਉਹਨਾਂ ਨੇ ਬਚਨ ਉੱਥੇ ਪੂਰੇ ਕਰਕੇ ਵਿਖਾਏ। ਸੱਚ ਹੈ, ਸ਼ਹੀਦ ਭਾਈ ਅਮਰੀਕ ਸਿੰਘ ਉਹਨਾਂ ਦੇ ਸਿੰਘਣੀ ਇਹ ਮੈਨੂੰ ਦੱਸ ਰਹੇ ਸੀ ਉਸ ਵੇਲੇ ਉੱਥੇ ਸਨ, ਉਸ ਵੇਲੇ ਉਹ ਆਉਂਦੇ ਮੈਂ ਸੀ ਉੱਤੇ ਸੁੱਤੇ ਸਾਂ, ਛੱਤ ਦੇ ਉੱਤੇ ਲੰਮੇ ਪੈ ਸੀ ਤੇ ਮੈਂ ਆਪਣੀਆਂ ਅੱਖਾਂ ਨਾਲ ਟਰਾਲੀਆਂ ਭਰ ਕੇ ਜਾਂਦੀਆਂ ਦੇਖੀਆਂ। ਕਿਸੇ ਦੀ ਲੱਤ ਬਾਂਹ ਸੀ, ਕਿਸੇ ਦੀ ਬਾਹਰ ਬਾਂਹ ਸੀ, ਕਿਸੇ ਦਾ ਧੜ ਲਮਕ ਰਿਹਾ ਸੀ। ਉਹਨਾਂ ਨੇ ਬਚਨ ਪੂਰਾ ਕਰਕੇ ਵਿਖਾਇਆ ਜਿਹੜਾ ਉਹਨਾਂ ਨੇ ਕਿਹਾ ਸੀ ਸੰਤ ਬਾਬਾ ਜਰਨੈਲ ਸਿੰਘ ਦੀ। ਜਿਸ ਵੇਲੇ ਇਹ ਚਾਲ ਦੁਸ਼ਮਣ ਦੀ ਫੇਲ ਹੋ ਗਈ, ਫਿਰ 11 ਹੈਲੀਕਾਪਟਰ ਮੰਗਾਏ ਗਏ, ਜਿਨ੍ਹਾਂ ਵਿੱਚ 912 ਕਮਾਂਡੋ ਫੋਰਸ ਦੇ ਜਵਾਨ, ਜਿਨ੍ਹਾਂ ਨੂੰ 60-60 ਗ੍ਰਨੇਡ ਦਿੱਤੇ ਗਏ ਔਰ ਉਹਨਾਂ ਨੂੰ ਹੁਕਮ ਇਹ ਜਾਰੀ ਕੀਤਾ ਵੀ ਜਿਹੜੀਆਂ ਉੱਤੇ ਬਿਲਡਿੰਗਾਂ ਨਾ ਜਿਨ੍ਹਾਂ ਵਿੱਚ ਖਾੜਕੂ ਬੈਠੇ ਹੋਏ ਆ, ਉਹਨਾਂ ਬਿਲਡਿੰਗਾਂ ਦੇ ਉੱਤੇ ਤੁਸੀਂ ਇੱਕ ਤੂਫਾਨ ਖੜਾ ਕਰਨਾ, ਉਤਲੇ ਸਿੰਘਾਂ ਨੂੰ ਥੱਲੇ ਭੇਜਣਾ ਤੇ ਫਿਰ ਇਹਨਾਂ ਨੂੰ ਗੈ ਛੱਡ ਕੇ ਮਾਰ ਦਿੱਤਾ ਹੋਊਗਾ। ਉਸ ਹੈਲੀਕਾਪਟਰਾਂ ਨੂੰ ਤਾਰਨ ਵਾਸਤੇ 1,00,000 ਗੋਲੀ ਦਾ ਫੈਰ ਕਰਨਾ ਪਿਆ ਸਾਨੂੰ, ਕਿਉਂਕਿ ਸਿੰਘਾਂ ਦਾ ਧਿਆਨ ਉੱਤੇ ਨਾ ਕਿਤੇ ਜਾ ਪਵੇ। ਜਿਸ ਵੇਲੇ ਇਹ ਸਾਰੇ ਫੌਜੀ ਬਿਲਡਿੰਗਾਂ ਦੇ ਉੱਤੇ ਤਾਰੇ ਗਏ ਆ, ਉਸ ਵੇਲੇ ਤੇ ਸੀਨੂ ਆਪ ਹੀ ਲਿਖਦਾ
आंदा साडे उत्ते एहो जी बिजली पई, ओ बिजली कोई आसमानी नहीं सी, ओ सी बिजली मशीन गन्ना दियां गोलियां। आंदे एस टाइम ते साडे मरन वालियां दी गिनती 2988 हो चुकी सी, पढ़े लिखे बैठे जे 2076 ते 912 ना जोड़ कर लो तो ए 2988 बन गया। एदा मतलब भी जेड़े कमांडो फोर्स दे जवान सी ना, ओना ने एक भी जिंदा नहीं छड़िया। आंदा साडा सीनियर अफसर मरदा मरदा सानू ए ना दस के गया भी ए गोली आ किधरों रही है। ए जनरल छबेग सिंह दी कार सी जिन्ने पानी दी टैंकी विच ते बुरजा विच ओ बब्बर खालसे बिठाए हुए सी मोर्चे बन के, ओ गोली उधर वारी सी साडे नाल। ओ घटना वापिस ना जलियां वाले बाग च जालम सरकार ने कीता सी ना, इस तरह साडी फौज जड़ी आ ओ दाणियां वांगू भुन दित्ती गई, ए भी साडी चाल फेल हो गई। उस तों बाद 33 गड्डियां जड़ियां ओ गुरु रामदास सरां वल्लों वाड़ियां गईयां जिन्हां उत्ते छोटियां गन्ना फिट सन। गुरु के सिखो जदों ओ गड्डियां अंदर जान लगियां, मैं दस देवां जेड़े लोग संत बाबा जरनैल सिंह उत्ते आंदे भी ए हिंदुआं दे नाल असाफ नहीं सी करदा। संत बाबा जरनैल सिंह जी जिन्ना सिखां नाल प्यार करदे सी ना, ओना ही हिंदुआं दे नाल प्यार करदे सन। ਉਹਨਾਂ ਦੇ ਜਥੇ ਵਿੱਚ ਇੱਕ ਸਿੰਘ ਸੀ ਭਰਤੀ, ਉਹਦਾ ਨਾਮ ਸੀ ਭਾਈ ਮੋਹਰ ਸਿੰਘ। ਉਹ ਹਿੰਦੂਆਂ ਦਾ ਹਿੰਦੂ ਪਰਿਵਾਰ ਦਾ ਸਿੰਘ ਸੀ ਤੇ ਸੰਤ ਬਾਬਾ ਜਰਨੈਲ ਸਿੰਘ ਦੀ ਸੰਗਤ ਵਿੱਚ ਰਹਿ ਕੇ ਉਹ ਸਿੰਘ ਸੱਜਿਆ ਸੀ ਤੇ ਬਾਣੀ ਬਹੁਤ ਜ਼ਿਆਦਾ ਪੜਿਆ ਕਰਦਾ ਸੀ, ਬੜਾ ਵੱਡਾ ਨਿਤਨੇਮੀ ਸੀ ਉਹ। ਇੰਨੀ ਬੰਦਗੀ ਵਾਲਾ ਭਾਈ ਮੋਹਰ ਸਿੰਘ ਸੀ ਜਿਹਦੀਆਂ 3 ਬੱਚੀਆਂ ਸਨ। ਆਂਦੇ ਜਿਸ ਵੇਲੇ ਉਹ ਗੱਡੀਆਂ ਅੰਦਰ ਦਾਖਲ ਹੋਣ ਲੱਗੀਆਂ ਨਾ, ਉਹਨੇ ਆਪਣੀ ਛੋਟੀ ਬੱਚੀ ਵੱਡੀ ਬੱਚੀ ਦੇ ਨਾਲ RDX ਬੰਨ ਕੇ ਉਸ ਟੈਂਕ ਨੂੰ ਤਬਾਹ ਕੀਤਾ, ਫਿਰ ਦੂਜੀ ਬੱਚੀ ਦੇ ਨਾਲ ਬੰਬ ਬੰਨ ਕੇ ਦੂਜੇ ਟੈਂਕ ਨੂੰ ਤਬਾਹ ਕੀਤਾ। ਇੱਕ ਬੱਚੀ ਉਹਦੀ ਜਿਉਂਦੀ ਜਾਗਦੀ ਨਿਊਜ਼ੀਲੈਂਡ ਵਿੱਚ। ਜਦੋਂ ਉਹਨੂੰ RDX ਬੰਨਣ ਲੱਗਾ ਨਾ, ਉਹ ਬਹੁਤ ਉਹਦਾ ਛੋਟਾ ਕੱਦ ਸੀ, ਕੋਈ ਲਾਗੇ ਧਰਮੀ ਬੀਬੀ ਵੇਖ ਰਹੀ ਸੀ, ਉਹਨੇ ਆਖਿਆ ਬਾਬਾ ਜੀ ਇਸ ਬੱਚੀ ਨੂੰ ਮੈਂ ਪਾਲੂੰਗੀ। ਉਹ ਅਜੇ ਵੀ ਜਿਉਂਦੀ ਜਾਗਦੀ ਉਹਦੀ ਬੱਚੀ ਹੈ ਨਿਊਜ਼ੀਲੈਂਡ ਵਿੱਚ। ਫਿਰ ਭਾਈ ਮੋਹਰ ਸਿੰਘ ਤੇ ਉਹਦੀ ਸਿੰਘਣੀ ਨੇ ਆਪਣੀ ਛਾਤੀ ਦੇ ਨਾਲ RDX ਬੰਨ ਕੇ ਉਹਨਾਂ ਟੈਂਕਾਂ ਨੂੰ ਅੰਦਰ ਨਹੀਂ ਵੜਨ ਦਿੱਤਾ। ਉਹਨਾਂ ਆਖਿਆ ਜਿੰਨਾ ਚਿਰ ਸਰੀਰ ਦੇ ਵਿੱਚ ਇਹ ਸਰਾਸਾਂ ਦੀ ਲੜੀ ਚੱਲਦੀ ਹੈ ਨਾ, ਗੁਰੂ ਰਾਮਦਾਸ ਦੀਆਂ ਪ੍ਰਕਰਮਾਂ ਦੇ ਵਿੱਚ ਇਹ ਟੈਂਕ ਨਹੀਂ ਮੈਂ ਦਾਖਲ ਹੋਣ ਦਊਂਗਾ। ਜਿਹੜੀਆਂ ਗੱਡੀਆਂ ਇਹਨਾਂ ਨੂੰ ਵਾਪਸ ਮੋੜਨਾ ਪਿਆ, ਉਸ ਤੋਂ ਬਾਅਦ ਫਿਰ ਵੱਡੀਆਂ ਗੱਡੀਆਂ ਭੇਜੀਆਂ। ਐਡਾ ਵੱਡਾ ਜ਼ਬਰਦਸਤ ਧਮਾਕਾ ਸਿੰਘਾਂ ਨੇ RDX ਦਾ ਕੀਤਾ ਵੀ ਏਕੜਾਂ ਛੱਤਾਂ ਦੇ ਲੈਂਟਰ ਹਿਲਾ ਕੇ ਰੱਖ ਦਿੱਤੇ ਸੀ। 10-10 ਕਿਲੋਮੀਟਰ ਤੱਕ ਇਸ RDX ਦੇ ਧਮਾਕੇ ਦਾ ਖੜਾਕਾ ਲੋਕਾਂ ਨੇ ਕੰਨਾਂ ਵਿੱਚ ਸੁਣਿਆ। ਇਹ ਚਾਲ ਦੁਸ਼ਮਣ ਦੀ ਫੇਲ ਹੋ ਗਈ। ਉਸ ਤੋਂ ਬਾਅਦ ਰੂਸ ਦੀਆਂ ਬਣੀਆਂ ਹੋਈਆਂ 6 ਗੱਡੀਆਂ ਸਰਕਾਰ ਨੇ ਜਹਾਜ਼ਾਂ ਰਾਹੀਂ ਸਪੈਸ਼ਲ ਅੰਦਰ ਮੰਗਾਈਆਂ, ਜਿਨ੍ਹਾਂ ਉੱਤੇ 27-27 ਇੰਚ ਮੋਟਾ ਲੋਹਾ ਲੱਗਾ ਹੋਇਆ ਸੀ, ਜਿਹੜੀਆਂ ਕੱਛੂ ਕੁੰਮੇ ਵਾਂਗੂ ਉੱਤੋਂ ਢੱਕੀਆਂ ਹੋਈਆਂ ਸੀ। ਇਹ ਜਿਸ ਵੇਲੇ ਗੱਡੀਆਂ ਅੰਦਰ ਜਾਣ ਲੱਗੀਆਂ, ਇਸ ਤੋਂ ਪਹਿਲਾਂ ਕੁਲਦੀਪ ਬਰਾੜ ਉਹਨੇ ਲਾਊਡ ਸਪੀਕਰ ਚ ਆਖਿਆ, ਓਏ ਆਤਵਾਦੀਓ ਇਹ ਉਹਦੇ ਲਬਜਵਾ, ਜੇ ਤੁਹਾਨੂੰ ਸਿਰਫ 15 ਮਿੰਟ ਸਮਾਂ ਦਿੱਤਾ ਜਾਏਗਾ, ਜੇ ਤੇ ਤੁਸੀਂ ਬੈਰਕਾਂ ਚੋਂ ਬਾਹਰ ਆ ਜਾਓ ਤੇ ਤੁਹਾਨੂੰ ਛੱਡ ਦਿੱਤਾ ਜਾਏਗਾ, ਨਹੀਂ ਤੇ ਆਹ ਜਿਹੜੀਆਂ ਗੱਡੀਆਂ ਅੰਦਰ ਆ ਰਹੀਆਂ ਨਾ, ਤੁਹਾਡਾ ਤੂੰਬਾ ਇਹਨਾਂ ਟੈਂਕਾਂ ਦੇ ਨਾਲ ਉਡਾ ਦਿੱਤਾ ਜਾਏਗਾ। ਜਿਸ ਵੇਲੇ ਲਾਊਡ ਸਪੀਕਰ ਇਹ ਗੱਲ ਆਖੀ, ਅੰਦਰ ਦੀ ਕਮਾਂਡ ਜਰਨਲ ਸਵੇਗ ਸਿੰਘ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਵਾਹ ਗੁਰੂ ਕੇ ਸਿੱਖੋ ਜਦੋਂ ਇਹ ਬਚਨ ਆਖੇ, ਅੰਦਰੋਂ ਸੰਤ ਬਾਬਾ ਜਰਨੈਲ ਸਿੰਘ ਨੇ ਜੋ ਉਹਨਾਂ ਨੂੰ ਅੱਗਿਓਂ ਮੂੰਹ ਤੋੜਵਾਂ ਜਵਾਬ ਦਿੱਤਾ, ਮਰਨ ਮੁਣਸਾ ਸੂਰਿਆ ਹੱਕ ਹੈ,
जे होए मरण परवानो सूरे सेई आगे आखिया करके पावे साची मानो। कबीर मरता मरता जगमुआ मर पीना जानिया को ऐसे ऐसे मरने जो मरे पर ना मरना होए। सिंह रुचे सच भोजन मास सिंह क्या गया छेर नू जितना शेर नू मास वेख के चा चढ़दा ना और सूरमे नू जंग वेख के चा चढ़दा। सिंह रुचे सद भोजन मास रण देख सूरे कित उलास ओना आखे इकना फौज नू जरा अंदर आउण दियो। चढ़दी कला उस कौम दी सदा रहिंदी जेड़ी अपने फर्ज पछाण दी है ओ तख्ता ताजा ते लोभ ते थुक दी नी सोची आ जावे अपनी शान दिए किसे दुखी मजलूम दी हा सुन के बाजी ला दिंदी अपनी जान दिए ते तेरे भाणे सरबत दा भला होए चंदन सिखिया तेरे निशान दिए। जिस वेले रूस दियां बणियां होईयां गड्डियां अंदर गईयां अंदर जनरल शबेक सिंह जिन्हें सरकार दे नाल टक्कर लैण वास्ते सारे प्रबंध अंदर कीते सी कि इस जाल सरकार ने बड़े बड़े जुल्म कर देने हैं। संत बाबा जरनैल सिंह जी की संगत करन वाले ओ जनरल शबेक सिंह जी जिस वेले गड्डियां अंदर गईयां ओ आप कुलदीप दा लिखता पी ओ रात लांकर जेदा 52 किलो वजन सी ते 21 टन दे 90 टन दे टैंक नू ओ 21 फुट उच्चा उड़ाना सी इन्ना ओ शक्तिशाली राज लांचर सी। आंदे जदों एक छड्डिया ना पहली गड्डी दे विच ते साडी गड्डी 21 फुट रूह नू उच्ची उठ के ते सरोवर तो 60 फुट कंडे तो अगे जाके सरोज डिगी। तीन गड्डियां उहदे नाल होर डिगियां जेड़ियां दो गड्डियां बाकी बचियां सी ओना दे जेड़े ड्राइवर छड़ के इतना भजे फिरदे सी जितना पतंग भी दो टुट गई होवे। आंदा मैं ओना दी सिंघां दी बहादुरी लिखण तो कदे ग्रेज नहीं करूंगा। जेड़े संत बाबा जरनैल सिंह नाल सिंह सी ना ना ओना नू कोई मौत दा डर ना कोई परिवार दा मोह ना कोई खान दा लालच मेरे वेदे वेदियां दा बैरकां दे विचों RDX छाती दे नाल सिंह बन के आए ते जेड़े दो टैंक बचे सी उहनां नाल टकरा के ते उहनां नू गुरु के सिखो चलण तो नकारा कर दिता। ओ तबात ना होए क्योंकि बड़े जबरदस्त तो टैंक सन पर ओ तापमान इन्ना वध चुका सी कि जेड़ा अंदर असरा रख के खड़िया सी ना ओ सारे दा सारा चलन लगा जेड़े विच फौजी गए सी ओ जदों सड़न लगे फिर छाला मार के बाहर निकले किस तरह इन्हां नू मौत दे घाट उतार दिता ए भी दुश्मन दी चाल फेल हो गई। हुण ते आंदा सी वी असीं जिस तरह आनंदपुर साहब नू 22 धारदियां राजां ने घेरिया सी ना इस तरह घेर के बह जाइए हुण होर कोई वाह नहीं गी। इस तों बाद बहुत महंगी सिक्योरिटी दिल्ली तों मंगाई गई जिहड़ी केवल VIP दे दुआले लाई जांदी है जिहदे विच 22 ਤੋਂ 28 ਸਾਲ ਦੇ ਨੌਜਵਾਨ ਹੁੰਦੇ ਆ ਜਿਹੜੇ 6 ਫੁੱਟ ਤੋਂ ਵੱਧ ਜਵਾਨ ਹੁੰਦੇ ਆ ਤੇ ਜਿਨ੍ਹਾਂ ਨੂੰ ਫਰਾਂਸ ਤੋਂ ਇਹ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਂਦੀ ਆ ਉੱਡਦੇ ਹੋਏ ਪੰਛੀ ਦੇ ਪਰਾਂ ਵਿੱਚੋਂ ਗੋਲੀ ਮਾਰ ਕੇ ਥੱਲੇ ਸੁੱਟ ਲੈਂਦੇ ਆ। ਇੰਨੇ ਉਹ ਨਿਸ਼ਾਨੇਬਾਜ਼ ਜੇ ਉਹ 25 ਫੁੱਟ ਉੱਤੋਂ ਬਿਲਡਿੰਗ ਤੋਂ ਛਾਲ ਮਾਰ ਦੇਣ ਤੇ ਉਹਨਾਂ ਦਾ ਕੁਝ ਨਹੀਂ ਸੀ ਵਿਗੜਦਾ। ਇਹ ਮਹਿੰਗੀ ਸਿਕਿਉਰਿਟੀ 1300 ਕਮਾਂਡੋ ਫੋਰਸ ਦੇ ਜਵਾਨ ਦਿੱਲੀ ਤੋਂ ਸਪੈਸ਼ਲ ਜਹਾਜ਼ਾਂ ਰਾਹੀਂ ਮੰਗਾਏ ਗਏ ਜਲਿਆਂ ਵਾਲੇ ਬਾਗ ਦੇ ਵਿੱਚ ਇਹਨਾਂ ਨੂੰ ਉਤਾਰਿਆ ਗਿਆ ਜਿਨ੍ਹਾਂ ਦਾ ਆਗੂ ਬ੍ਰਹਮ ਮਿਸ਼ਰਾ ਸੀ। ਉਹਨੇ ਆਖਿਆ ਇਹ ਤੇ ਮੇਰਾ ਸਾਰਾ 24 ਘੰਟਿਆਂ ਦਾ ਕੰਮ ਆ ਪਰ ਜਦੋਂ ਕੁਲਦੀਪ ਬਰਾੜ ਨੇ ਦੱਸਿਆ ਵੀ ਇੰਨਾ ਚਿਰ ਸਾਨੂੰ ਲੱਗਿਆ ਨੂੰ ਹੋ ਗਿਆ ਤੇ ਆ ਅਸੀਂ ਅਸਲੇ ਚਲਾ ਕੇ ਵੇਖ ਲਿਆ ਪਰ ਸਾਡੇ ਸਾਰੇ ਹੀ ਨਕਾਰੇ ਕਰ ਦਿੱਤੇ ਆ। ਫਿਰ ਉਹਦੀਆਂ ਲੱਤਾਂ ਵੀ ਕੰਬਣ ਲੱਗੀਆਂ ਤੇ ਉਹਦੇ ਘੰਟੇ ਵੀ ਵਧਣ ਲੱਗੇ ਸਿੱਧਾ ਹਮਲਾ ਉਹਨੇ ਵੀ ਨਹੀਂ ਬੋਲਿਆ ਉਹਨੇ ਵੀ ਕਰੇਨ ਦੇ ਨਾਲ 6 ਫੁੱਟ ਡੂੰਘੀ ਸੁਰੰਗ ਕੱਢ ਕੇ ਤੇ ਫਿਰ ਤਹਿਖਾਨੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਜਿਸ ਵੇਲੇ ਤਹਿਖਾਨੇ ਤੱਕ ਇਹ ਸੁਰੰਗ ਪੁੱਟੀ ਗਈ ਆ ਅੰਦਰ ਜਾਣ ਦੀ ਹਿੰਮਤ ਨਹੀਂ ਪੈ ਰਹੀ ਕਿ ਉਹ ਅੰਦਰ
संत बाबा जरनैल सिंह दे जेड़े योधे जिन्हां नूं जरा भी मौत दा भय नहीं सी अंदर ओ बैठे सी, इन्हां ने फिर वरमे दे नाल सराह कढ़ के ओहदे विच गै छड़ के जेड़ी अद्धा घंटा बंदे नूं बेहोश रखदी आ इह गै छड़ी गई। जदों पाड़ पा के अंदर गए की वेख्या अंदर कुछ पुजे हुए छोले कुछ मेवे ते कुछ पानी दियां बोतलां पईयां सन। कुछ सिंह टुकड़ियां विच फिर रहे सन। इन्हां दी फौज ने एकदम तैनात होके इन्हां ते गोली चलाई। 25 सिंह उत्थे शहीद हो गए। जदों उतलिया सिंघां नूं पता लगण वी थले सरकार ने कारवाई करती आ, थले हुण अंदर आवड़े आ, ते जनरल सदेख सिंह जिन्ने हर जालम दे हमले दा मूंह तोड़वा जवाब देने वास्ते सब प्रबंध किए सी, पित्तल की धार ते होए बने हुए सिलेंडर जिन्हां विच प्रोपेन गैस भरी हुई सी। ते गाइस दैट सी अज दी वीडियो, ते अज आ वाली वीडियो फिलहाल असीं इत्थे सिर रोकांगे ते बाकी वीडियो असीं अगले पार्ट विच कवर करांगे। ते इत्थे तक जिहड़ी वेखी जिहड़ी गलबात होई है ब्लू स्टार ऑपरेशन दे बारे च, संत बाबा जरनैल सिंह जी दे बारे च जिहड़ी गलबात होई है, कमाल दी कैंड गलबात होई है। उन्होंने दस्या गया है कि खास करके एक टाइम ऐसा है जिहड़ी दिल्ली सरकार कहिंदी सी आतंकवादियों बाहर आओ नहीं तुसीं बख्शे जाओगे या वो, ते उदों वी दस्सदे पए कह कि नूरेसन जो मौत को डरदा नहीं सी, यानी कि उहदा जिगरे वाला बंदा सी दस्या गया, यानी कि जिगरा सी बड़ा कुछ सी अपनी कौम वास्ते अपने कम्यूनिटी वास्ते बड़ी सैक्रीफाइसिस ने, एंड यानी कि हीरो सिखिज़म दा हीरो विचों एक के संत बाबा जरनैल सिंह जी खालसा। तो उन्होंने लाइफ से दस उन्हें ब्रेवरी दसी गई, उन्होंने लाइफ स्टाइल दसा गया कि उन्होंने किंज किंज काम किया है, कि उन्होंने अपनी कौम वास्ते कुर्बानियाँ दित्तियां ने, कि कड़े फैसले किए सन, तो यानी कि सारा कुछ दसा गया है। तो यह भी एक चीज़ दसा गया है कि खास करके मैं एक बंदे नूं कोट करांगा सिद्धू मूसेवाला जी ने भी इस बारे जो गल की सी, तो सिद्धू मूसेवाले ने भी कहा कि ब्लू स्टार ऑपरेशन नो डाउट गलत होया है, जे साडा नुकसान होया तो अगलिया का भी नुकसान होया। तो इन्ना भी सिद्धू मूसेवाले ने इन्ना भी कहा कि अगर यह चीज़ ना होंगी ब्लू स्टार ऑपरेशन अगर ना होंगे तो अज साडा पंजाब इकोनमिकली जो है कह सकते इकोनमिकली तकरीबन कोई 40-50 साल अगे होना सी, यानी कि इस चीज़ तो ब्लू स्टार ऑपरेशन तुसीं इन्ने पिछे रह गए हाँ। तो यानी कि एक अच्छी गलबात हुई है, उन्होंने लाइफ स्टाइल दसे गए ने, जाना मैं दसना पे अपनी हर वीडियो जगह से इनिशिएटिव्स लिया है एज जे हीरोज़ ने जो प्रोमिनेंट हीरोज़ ने जो बहुत ज़्यादा से हिडन सिखिज़म के हीरोज़ ने जिन्हों की गलबात लाइव स्टोरीज वाले उस हिसाब ने आवाम तक नहीं पहुँच रही। तो असी यो इनिशिएटिव लिया कि असी अपनी वीडियोज़ के थ्रू भी उन्होंने हीरोज़ के बारे जी वीडियोज़ ने गलबात है असी अपने चैनल के थ्रू अपनी वीडियोज़ के थ्रू पब्लिक तक पहुँचावे। तो उन्होंने एक इनिशिएटिव है संत बाबा जरनैल सिंह जी भी एक सिखिज़म का बहुत वड्डे नाम ने, एक बहुत वड्डे हीरो ने, तो यह भी असं लिया है। बाकी होर मजीद दूसरे हीरोज़ के भी लैके आवेंगे स्टोरीज़। तो उम्मीद करना वा तुहानूं अज्ज वीडियो पसंद आई होगी, जे वीडियो पसंद आई है तो चैनल में सबसक्राइब कर दिओ, तो वीडियो लाइक लाजमी कर दिओ। जे मैनूं इजाज़त दो अगली वीडियो दोबारा मुलाकात होगी, अपना बड़ा ज़्यादा ख्याल रखियो, पीस आउट।